ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਕੱਲ੍ਹ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤਾਂ ਜ਼ਮੀਨ ਦੇ ਥੱਲੇ ਦਾ ਪਾਣੀ ਬਹੁਤ ਗੰਦਲਾ ਹੋ ਚੁੱਕਿਆ, ਜਿਸ ਕਰਕੇ ਹਰ ਕਿਸੇ ਨੇ ਆਪਣੇ ਘਰ ਦੇ ਵਿੱਚ ਵਾਟਰ ਪਿਊਰੀਫਾਇਰ ਲਗਵਾਏ ਹੋਏ ਨੇ। ਪਰ ਕੰਪਨੀਆਂ ਦੇ ਇਹ ਵਾਟਰ ਪਿਊਰੀਫਾਇਰ ਕੀ ਵਾਕਈ ਹੀ ਤੁਹਾਨੂੰ ਸਿਹਤਮੰਦ ਪਾਣੀ ਦਿੰਦੇ ਨੇ? ਆਓ ਤੁਹਾਨੂੰ ਵਿਖਾਉਂਦੇ ਹਾਂ। ਵਾਟਰ ਪਿਊਰੀਫਾਇਰ ਵੇਚਣ ਵਾਲਾ ਜਦੋਂ ਇੱਕ ਪਿੰਡ ਦੇ ਵਿੱਚ ਪਹੁੰਚਿਆ ਤੇ ਸਿੰਘਾਂ ਨੇ ਉਸ ਵਾਟਰ ਪਿਊਰੀਫਾਇਰ ਦਾ ਜਦੋਂ ਮੁਆਇਨਾ ਕੀਤਾ ਤਾਂ ਵਿੱਚੋਂ ਕੀ ਕੁਝ ਨਿਕਲਿਆ? ਚਲੋ ਵੀਡੀਓ ਡਾਲੇਂਗੇ ਨਹੀਂ, ਕੋਈ ਚੱਕਰ ਨਹੀਂ, ਬਣਾ ਨਾ ਤੁਮਨੇ ਯੇ ਗਲਤ ਕੀਆ ਨਾ ਯੇ ਬੰਦਾ ਦੋ ਨੰਬਰ ਕਾ ਕਾਮ ਕਰ ਰਿਹਾ ਭਈਆ ਦੋ ਨੰਬਰ ਕਾ ਸ਼ਾਹਪੁਰ ਸੇ ਆਇਆ ਯਹਾਂ ਇਸਮੇ ਐਰੋ ਵੇਖੋ ਐਰੋ ਆਰੋ ਦੇਖੀ ਆਰੋ ਆਰੋ ਦੇਖੀਏ ना मोटर है उसमें बारू भर रही हुई है बारू उसमें भरी हुई है इसमें कोई फिल्टर नहीं है गोल गोल खोल ये देखो आरो देखिए ये कितने परिवार मर जाते इससे। ਇਸਮੇ ਨਿਕਲਾ ਜੀ ਹਾਂ, ਸਾਨੂੰ ਆਪ ਹਰ ਚੀਜ਼ ਦੀ ਜਾਂਚ ਕਰਕੇ ਉਹ ਚੀਜ਼ ਵਰਤਣੀ ਚਾਹੀਦੀ ਹੈ, ਲੈਣੀ ਚਾਹੀਦੀ ਹੈ। ਵੈਸੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲਾਂ ਅਸੀਂ ਆਪਣੇ ਇਲਾਕੇ ਦਾ ਪਾਣੀ ਆਪ ਹੀ ਟੈਸਟ ਕਰਵਾ ਲਈਏ। ਜੇ TDS ਅੱਛਾ ਹੈ ਪਾਣੀ ਦਾ ਤਾਂ ਸਾਨੂੰ ਪਿਊਰੀਫਾਇਰ ਲਗਵਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਪਿਊਰੀਫਾਇਰ ਲਗਵਾਉਣ ਤੋਂ ਬਾਅਦ ਕਈ ਅਜਿਹੇ ਪਾਣੀ ਦੇ ਤੱਤ ਹੁੰਦੇ ਨੇ ਜਿਹੜੇ ਕਿ ਪਿਊਰੀਫਾਇਰ ਖਤਮ ਕਰ ਦਿੰਦਾ ਹੈ, ਜਿਸ ਤੋਂ ਬਾਅਦ ਸਾਨੂੰ ਕਿਹਾ ਤਾਂ ਜਾਂਦਾ ਹੈ ਕਿ ਬਹੁਤ ਹੈਲਦੀ ਅਤੇ ਸਾਫ਼ ਸੁਥਰਾ ਪਾਣੀ ਪੀਣ ਵਾਸਤੇ ਮਿਲ ਰਿਹਾ, ਪਰ ਉਹਦੇ ਵਿੱਚ ਜ਼ਰੂਰੀ ਪੋਸ਼ਣ ਜੋ ਪਾਣੀ ਤੋਂ ਸਾਡੇ ਸਰੀਰ ਨੂੰ ਮਿਲਦਾ ਹੈ ਉਹ ਕਿਤੇ ਨਾ ਕਿਤੇ ਖਤਮ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਅੱਜ ਕੱਲ੍ਹ ਡਾਕਟਰਸ ਨੇ ਦੁਬਾਰਾ ਤੋਂ ਰਿਕਮੈਂਡ ਕਰ ਦਿੱਤਾ ਹੈ ਕਿ ਨਲਕੇ ਦਾ ਜਾਂ ਧਰਤੀ ਦੇ ਵਿੱਚੋਂ ਨਿਕਲਿਆ ਸਿੱਧਾ ਪਾਣੀ ਦਿਨ ਦੇ ਵਿੱਚ ਇੱਕ ਅੱਧਾ ਗਲਾਸ ਹਰ ਇਨਸਾਨ ਨੂੰ ਜ਼ਰੂਰ ਪੀਣਾ ਚਾਹੀਦਾ ਹੈ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।